welcom to my channel friends science only aps uh, friends ek naya update hai for aws exam dosto jehda army schools army public schools vaste jehda exam hunda army welfare education society da aws exam for csp score jehda hunda online test ode admit cards friends upload kar dete gaye ne aws valon te tusi apne admit card jehde oh download kar sakde ne ਉਹਦਾ ਪ੍ਰੋਸੈਸ ਇਸ ਤਰ੍ਹਾਂ ਹੈ फ्रेंड्स ਕਿ ਤੁਸੀਂ ਏਡਬਲਯੂਈਐਸਇੰਡੀਆ.ਕੋਮ ਦੀ ਸਾਈਟ ਤੇ ਜਾਓ ਉਹ ਸਾਈਟ ਓਪਨ ਹੋਏਗੀ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਲਿਖਿਆ ਆਏਗਾ ਉੱਪਰ ਠੀਕ ਹੈ फ्रेंड्स ਤੇ ਉਹ ਸਾਈਟ ਤੁਸੀਂ ਆਪਣੇ ਬ੍ਰਾਊਜ਼ਰ ਤੋਂ ਜਾ ਕੇ ਓਪਨ ਕਰ ਲੈਣੀ ਹੈ ਤੇ ਉਹਦੇ ਵਿੱਚ ਤੁਹਾਨੂੰ ਸਾਰਾ ਕੁਝ ਪ੍ਰੋਪਰਲੀ ਦੱਸਿਆ ਗਿਆ ਵਾ ਕਿ ਕਿਸ ਤਰ੍ਹਾਂ ਉਹਨੂੰ ਡਾਊਨਲੋਡ ਕਰਨਾ ਰਾਈਟ ਤੇ ਤੁਸੀਂ ਆਪਣੇ ਬ੍ਰਾਊਜ਼ਰ ਚ ਐਡਰੈਸ ਫਿਲ ਕਰੋਗੇ www.awsindia.com ਫਿਰ ਦੋਸਤੋ ਲੈਫਟ ਹੈਂਡ ਸਾਈਡ ਦੇ ਉੱਤੇ ਤੁਹਾਨੂੰ ਇੱਕ ਪਾਪਅਪ ਮੈਸੇਜ ਨਜ਼ਰ ਆਊਗਾ ਜਿੱਤੇ ਲਿਖਿਆ ਹੋਊਗਾ ਕਲਿਕ ਹੇਅਰ ਟੂ ਡਾਊਨਲੋਡ ਦਾ ਸੈਂਪਲ ਪੇਪਰਸ ਰਾਈਟ ਮਤਲਬ ਜਦੋਂ ਤੁਸੀਂ ਸਾਈਟ ਓਪਨ ਕਰੋਗੇ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੀ ਤੇ बॉਟਮ ਲੈਫਟ ਸਾਈਡ ਦੇ ਉੱਪਰ ਤੁਹਾਨੂੰ ਜਿਹੜਾ ਵਾ ਲਿੰਕ ਨਜ਼ਰ ਆਊਗਾ ਟੂ ਡਾਊਨਲੋਡ ਦਾ ਸੈਂਪਲ ਪੇਪਰਸ ਤੇ ਫਰੈਂਡਸ ਉਹ ਜਦੋਂ ਤੁਸੀਂ ਲਿੰਕ ਨੂੰ ਕਲਿਕ ਕਰੋਗੇ ਸੈਂਪਲ ਪੇਪਰਸ ਵਾਲੇ ਲਿੰਕ ਨੂੰ ਓਪਨ ਕਰਨ ਲਈ ਰਾਈਟ ਤੇ ਤੁਹਾਨੂੰ ਟਾਪ ਰਾਈਟ ਲੈਫਟ ਸਾਈਡ ਦੇ ਉੱਪਰ ਚਾਰ ਕਾਲਮਸ ਨਜ਼ਰ ਆਣਗੇ ਹੋਮ ਇੰਪੋਰਟੈਂਟ ਡੇਟਸ ਰਜਿਸਟ੍ਰੇਸ਼ਨ ਐਂਡ ਲੌਗਇਨ ਸੋ ਤੁਸੀਂ ਲੌਗਇਨ ਵਾਲਾ ਜਿਹੜਾ ਪਾਰਟ ਹੈ ਉਹਨੂੰ ਕਲਿੱਕ ਕਰੋਗੇ ਲੌਗਇਨ ਵਾਲੇ ਪਾਰਟ ਨੂੰ ਜਦੋਂ ਤੁਸੀਂ ਕਲਿੱਕ ਕਰੋਗੇ ਫਰੈਂਡਸ ਤੇ ਉਸ ਤੋਂ ਬਾਅਦ ਤੁਹਾਡੇ ਅੱਗੇ ਜਿਹੜਾ ਪੇਜ ਓਪਨ ਹੋਊਗਾ ਉਹ ਪੇਜ ਓਪਨ ਹੋਊਗਾ ਲੌਗਇਨ ਪੇਜ ਠੀਕ ਹੈ ਜੀ ਜਦੋਂ ਤੁਸੀਂ AWS ਦੀ ਸਾਈਟ ਓਪਨ ਕਰੋਗੇ ਲੈਫਟ ਹੈਂਡ ਨੀਚੇ ਕਾਰਨਰ ਦੇ ਉੱਪਰ ਬਾਟਮ ਸਾਈਡ ਦੇ ਉੱਤੇ ਲਿੰਕ ਨੂੰ ਕਲਿੱਕ ਕਰੋਗੇ ਸੈਂਪਲ ਪੇਪਰਸ ਵਾਲੇ ਨੂੰ ਤੇ ਤੁਹਾਡੇ ਕੇ ਪੇਜ ਖੁੱਲੂਗਾ ਉਹਦੇ ਉੱਪਰ ਫੋਰ ਤੁਹਾਨੂੰ ਲਿੰਕਸ ਦਿੱਤੇ ਹੋਣਗੇ ਹੋਮ ਇੰਪੋਰਟੈਂਟ ਡੇਟਸ ਰਜਿਸਟ੍ਰੇਸ਼ਨ ਐਂਡ ਲੌਗਇਨ ਲੌਗਇਨ ਵਾਲਾ ਲਿੰਕ ਜਦੋਂ ਤੁਸੀਂ ਕਲਿੱਕ ਕਰੋਗੇ ਤੇ ਤੁਹਾਡੇ ਸਾਹਮਣੇ ਫਰੈਂਡਸ ਆ ਪੇਜ ਖੁੱਲ ਜਾਊਗਾ ਇਹਦੇ ਵਿੱਚ ਤੁਸੀਂ ਆਪਣਾ ਯੂਜ਼ਰ ਨੇਮ ਫਿਲ ਕਰਨਾ ਜਿਹੜਾ ਤੁਹਾਨੂੰ ਰਜਿਸਟ੍ਰੇਸ਼ਨ ਦੇ ਟਾਈਮ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਨੀਚੇ ਇਹਦੇ ਵਿੱਚ ਪਾਸਵਰਡ ਦਾ ਕਾਲਮ ਹੈ ਉਹ ਚ ਆਪਣਾ ਪਾਸਵਰਡ ਫਿਲ ਕਰਨਾ ਜਿਹੜਾ ਤੁਹਾਨੂੰ ਜਨਰੇਟ ਕੀਤਾ ਗਿਆ ਸੀ AWS ਵੱਲੋਂ ਇਹ ਤੁਹਾਡੀ ਮੇਲ 'ਚ ਹੋਊਗਾ ਤੁਹਾਡੇ ਮੈਸੇਜ 'ਚ ਹੋਊਗਾ ਜਾਂ ਤੁਸੀਂ ਨੋਟ ਕੀਤਾ ਹੋਊਗਾ ਇਹਨੂੰ ਸੋ ਫਰੈਂਡਸ ਇਹਦੇ ਵਿੱਚ ਆਪਣਾ ਯੂਜ਼ਰ ਆਈਡੀ ਤੇ ਪਾਸਵਰਡ ਜਿਹੜਾ ਉਹਨੂੰ ਫਿਲ ਕਰਕੇ ਜਦੋਂ ਤੁਸੀਂ ਲੌਗਇਨ ਵਾਲੇ ਬਟਨ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਨੈਕਸਟ ਪੇਜ ਫਰੈਂਡਸ ਖੁੱਲੂਗਾ ਉਹ ਤੁਹਾਡੇ ਕੋਲ ਆ ਜਾਊਗਾ ਐਡਮਿਟ ਕਾਰਡ ਵਾਲਾ ਤੇ ਇੱਥੇ ਤੁਹਾਡਾ ਲਿੰਕ ਦਿੱਤਾ ਹੋਊਗਾ ਡਾਊਨਲੋਡ ਐਡਮਿਟ ਕਾਰਡਸ ਲੈਫਟ ਹੈਂਡ ਸਾਈਡ ਤੇ ਤਾਨੂੰ ਹੋਮ ਮਾਈ ਐਪਲੀਕੇਸ਼ਨ ਪ੍ਰਿੰਟ ਐਪਲੀਕੇਸ਼ਨ ਮੇਕ ਪੇਮੈਂਟ ਲੌਗ ਆਊਟ ਦੇ ਕਾਲਮਸ ਹੋਣਗੇ ਠੀਕ ਹੈ ਜੀ ਉੱਪਰ ਰਾਈਟ ਸਾਈਡ ਦੇ ਉੱਤੇ ਸਕਰੀਨ ਦੇ ਤੁਹਾਡਾ ਨਾਮ ਹੋਊਗਾ ਠੀਕ ਹੈ ਜੀ ਤੇ ਇਹਦੇ ਵਿੱਚ ਲਿੰਕ ਦਿੱਤਾ ਤੁਹਾਨੂੰ ਡਾਊਨਲੋਡ ਐਡਮਿਟ ਕਾਰਡ ਦਾ ਇਹਦੇ ਉੱਪਰ ਤੁਸੀਂ ਜਿਹੜਾ ਕਲਿੱਕ ਕਰੋਗੇ ਤੁਹਾਡਾ ਐਡਮਿਟ ਕਾਰਡ ਜਿਹੜਾ ਖੁੱਲ ਜਾਵੇਗਾ ਉਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਤੇ ਇੱਕ ਹੋਰ ਕੰਮ ਕਰ ਲਿਓ ਲੈਫਟ ਹੈਂਡ ਸਾਈਡ ਤੇ ਜਿਹੜਾ ਪ੍ਰਿੰਟ ਐਪਲੀਕੇਸ਼ਨ ਆ ਉਹਨੂੰ ਵੀ ਕਲਿੱਕ ਕਰਕੇ ਤੁਸੀਂ ਆਪਣੇ ਜਿਹੜਾ ਐਪਲੀਕੇਸ਼ਨ ਆ ਉਹਨੂੰ ਵੀ ਡਾਊਨਲੋਡ ਕਰ ਸਕਦੇ ਜੀ ਰਾਈਟ ਫਰੈਂਡਸ ਤੇ ਫਰੈਂਡਸ ਹੋਰ ਨਵੇਂ ਅਪਡੇਟਸ ਅ ਇਨਫੋਰਮੇਸ਼ਨ ਵਾਸਤੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਜੀ ਸਾਇੰਸ ਓਨਲੀ ਐਪੀਐਸ ਥੈਂਕ ਯੂ ਸੋ ਮੱਚ ਫਰੈਂਡਸ